ਲਾਇਸੈਂਸ ਹੀ ਨਹੀਂ ਤੁਹਾਡੇ ਕੋਲ ਹੈਗਾ ਸਰਕਾਰੀ ਗੱਡੀ ਚਲਾ ਰਹੇ ਆ ਉਹ ਖਤਮ ਹੋ ਗਿਆ ਦਿਖਾਓ ਹਾਂਜੀ ਉਹ ਮੈਂ ਕਿੱਥੇ ਦਫ਼ਤਰ ਹੀ ਪਿਆ ਨਹੀਂ ਆਪ ਗੱਡੀ ਕਿਹਦੇ ਅਫਸਰ ਦੀ ਹੈ ਭਾਜੀ ਕਿਹੜੇ ਅਫਸਰ ਦੀ ਆ ਗੱਡੀ ਭਾਜੀ ਨਾਂ ਦਾ ਦੱਸੋ ਨਗਰ ਨਿਗਮ ਕੀ ਨਾਮ ਤੁਹਾਡਾ ਮੇਰਾ ਨਾਮ ਰਵੀ ਹੈ ਕਿਹਦੇ ਕੋਲ ਕੰਮ ਕਰਦੇ ਹਾਂਜੀ ਕਿਹਦੇ ਕੋਲ ਕੰਮ ਕਰਦੇ ਕਾਰਪੋਰੇਸ਼ਨ ਕਿਹੜੇ ਅਫਸਰ ਦੇ ਅਧੀਨ ਟਰਾਈ ਕਿਹਦੀ ਦੇਣਾ ਹੈ ਤੁਸੀਂ ਮੈਂ ਤਾਂ ਲਾਇਸੈਂਸ ਹੀ ਦੇਣ ਆਇਆ ਸੀ ਮੇਰਾ ਲਾਇਸੈਂਸ ਗੱਡੀ ਆਪਣੀ ਦੇਣਾ ਹੈ ਹਾਂਜੀ ਤਾਂ ਤੁਸੀਂ ਗੱਡੀ ਕਿਹਦੇ ਅਫਸਰ ਦੀ ਹੈ ਕਿਹਨਾਂ ਲੱਗੀ ਹੋਏ ਲਾਇਸੈਂਸ ਹੀ ਨਹੀਂ ਤੁਹਾਡੇ ਕੋਲ ਹੈਗਾ ਸਰਕਾਰੀ ਗੱਡੀ ਚਲਾ ਰਹੇ ਆ ਉਹ ਖਤਮ ਹੋ ਗਿਆ ਬਾਈ ਦਿਖਾਓ ਹਾਂਜੀ ਉਹ ਮੈਂ ਕਿੱਥੇ ਦਫ਼ਤਰ ਹੀ ਪਿਆ ਬਾਈ ਨਹੀਂ ਆਪ ਗੱਡੀ ਕਿਹਦੇ ਅਫਸਰ ਦੀ ਹੈ ਭਾਜੀ ਕਿਹੜੇ ਅਫਸਰ ਦੀ ਆ ਗੱਡੀ ਭਾਜੀ ਨਾਂ ਦਾ ਦੱਸੋ ਪਤਾ ਨਹੀਂ ਹੋਈ ਤਾਂ ਕੱਲ ਇਹ ਕਿਆ ਉਲਟਾ ਬਹਿਸ ਦੇ ਪਏ ਆ ਭਾਜੀ ਮੈਂ ਨਾਲ ਪੁੱਛਿਆ ਵਾਰੀ ਉਹ ਕਹਿੰਦੇ ਦੇ ਸਕਦੇ ਆ ਭਾਜੀ ਕਿਹੜੇ ਅਫਸਰ ਦੀ ਗੱਡੀ ਆ ਦੱਸੋ ਦੇਖ ਲਓ ਜੀ ਕਾਰਪੋਰੇਸ਼ਨ ਦੇ ਇਹਨਾਂ ਦੇ ਸਰਕਾਰੀ ਆ ਕੋ ਦੇ ਲਓ ਲਾਇਸੈਂਸ ਹੈ ਨਹੀਂ ਇਹਨਾਂ ਕੋ ਕੋਈ ਪੁੱਛੋ ਜੀ ਨਾ ਭਾਜੀ ਕਿਹੜੇ ਅਫਸਰ ਦੀ ਗੱਡੀ ਆ ਉਹ ਤਾਂ ਠੀਕ ਹੈ ਕਹਿੰਦੇ ਕਿਹੜੇ ਅਫਸਰ ਦਾ ਗੱਡੀ ਕੋਈ ਕਿਹੜੇ ਅਫਸਰ ਕੋਲ ਯੂਜ਼ ਕਰਦੇ ਹੋ ਤੇ ਤਾਂ ਨਿੱਜੀ ਕੰਮ ਲਿਆ ਲਾਇਸੈਂਸ ਤੁਹਾਡਾ ਲੋਕਾਂ ਦਾ ਥੋੜ੍ਹੀ ਆ ਜੀ ਇਹਨਾਂ ਨੂੰ ਮੈਂ ਪੁੱਛਿਆ ਜੀ ਭਾਜੀ ਇਹ ਭਾਵੇਂ ਸਰਕਾਰੀ ਗੱਡੀ ਇੱਥੇ ਅਲਾਊਡ ਹੋ ਹੀ ਨਹੀਂ ਸਕਦੀ ਤੁਹਾਨੂੰ ਵੀ ਪਤਾ ਤੁਸੀਂ ਸਰਕਾਰੀ ਮੁਲਾਜ਼ਮ ਤੁਸੀਂ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਕਰਾਈ ਤੁਸੀਂ ਆਪਣੀ ਦੇਣ ਆਏ ਆ ਲੋਕਾਂ ਦੀ ਅਫਸਰ ਕਿਹੜੇ ਕੋਲ ਲੱਗੇ ਹੋ ਇੰਨਾ ਤਾਂ ਦੱਸ ਦਿਓ ਕਿਹੜੇ ਅਫਸਰ ਕੋਲ ਲੱਗੇ ਹੋ ਭਾਜੀ ਗੜ ਸ਼ੰਕਰ ਦਾ ਨਗਰ ਕੌਂਸਲ ਜਾ ਉੱਥੇ ਹੈ ਨਾ ਗੜ ਸ਼ੰਕਰ ਕਿਹੜੇ ਅਫਸਰ ਦੀ ਗੱਡੀ ਹੈ ਇਹ ਕਿੰਬਲ ਕੱਢੋ ਨਗਰ ਕੌਂਸਲ ਗੜ ਸ਼ੰਕਰ ਤੋਂ ਆਇਆ ਸਰਕਾਰੀ ਗੱਡੀ ਦੇ ਵਿੱਚ ਤੁਸੀਂ ਕਿੱਦਾਂ ਲੋਅ ਕਰਤੀ ਗੱਡੀ ਅੰਦਰ ਭਾਈ ਅਸੀਂ ਲੋਅ ਨਹੀਂ ਕੀਤਾ ਬੰਦੇ ਦੀ ਫੋਟੋ ਹੋਈ ਬੰਦੇ ਨੂੰ ਕਿਹਾ ਗੱਡੀ ਲਾਓ ਠੀਕ ਹੈ ਇੰਚਾਰਜ ਕੌਣ ਹੈ ਅਰਵਿੰਦਰ ਜੀ